buddy ਵਾਇ ਗੁਰ ਸਾਹਿਬ ਜੀਓ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਬਰਨ ਨਾ ਸਕਾਂ ਨੂੰ ठाकुर ਊਚ ਭਗਵਾਨ ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਅਵ ਗਣਨਾ ਵਿਚਾਰੋ ਕੋਈ ਮਾਟੀ ਕਾ ਕਿਆ ਤੋਪੈ ਸੁਆਮੀ ਮਾਨਸ ਕੀ ਗਤਿ ਏਹੀ ਜੇਤਾ ਜੀਉ ਪਿੰਡ ਸਭ ਤੇਰਾ ਤੂੰ ਅੰਤਰਜਾਮੀ ਪੁਰਖ ਭਗਵਾਨ ਦਾਸਨ ਦਾਸ ਕਹੈ ਜਨ ਨਨਕ ਜੇ ਹਾ ਤੂੰ ਕਰਾਹਿ ਤੇ ਹਾ ਹਾਂ ਕਰੀ ਵਖਿਆਨ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਚੇਤ ਗੋਬਿੰਦ ਅਰਾਧਿਐ ਹੋਵੈ ਆਨੰਦ ਕਨਾਮ ਸੰਤ ਜਨਾ ਮਿਲ ਪਾਈਐ ਰਸਨਾ ਨਾਮ ਪਣਾ ਚੇਤ ਗੋਬਿੰਦ ਅਰਾਧਿਐ ਹੋਵੈ ਆਨੰਦ ਕਨਾਮ ਸੰਤ ਜਨਾ ਮਿਲ ਪਾਈਐ ਰਸਨਾ ਨਾਮ ਪਣਾ ਜਿਨ ਪਾਇਆ ਪ੍ਰਭ ਆਪਣਾ ਆਏ ਕਿਸੈ ਗਣਾ ਇੱਕ ਖਿਨ ਤਿਸ ਬਿਨ ਜੀਵਣਾ ਬਿਰਥਾ ਜਨਮ ਜਨਾਂ ਜਲ ਖਲ ਮਹੀਲ ਪੂਰਿਆ ਰਵਿਆ ਵਿੱਚ ਬਨਾ ਸੋ ਪ੍ਰਭ ਚਿਤਨਾ ਆਵਈ ਕਿਤੜਾ ਦੁੱਖ ਗਣਾ ਜਿਨੀ ਰਵਿਆ ਸੋ ਪ੍ਰਭ ਤਿੰਨਾ ਭਾਗ ਮਨਾ ਹਰ ਦਰਸ਼ਨ ਕੋ ਮਨ ਲੋਚਦਾ ਨਾਨਕ ਪਿਆਸ ਮਨਾ ਚੇਤ ਮਿਲਾਏ ਸੋ ਪ੍ਰਭੂ ਤਿਸ ਕੈ ਪਾਏ ਲਗਾ ਹਰ ਦਰਸ਼ਨ ਕਉ ਮਨ ਲੋਚਦਾ ਨਾਨਕ ਪਿਆਸ ਮਨਾ ਚੇਤ ਮਿਲਾਏ ਸੋ ਪ੍ਰਭੂ ਤਿਸ ਕੈ ਪਾਏ ਲਗਾ ਜੁਗ ਜੁਗ ਅਟਲ ਜਬਰ ਸ਼ਤਰ ਤਖਤ ਕੇ ਮਾਲਕ ਨਿਮਾਨੀਓਂ ਕੇ ਮਾਨਗੁਰੂ ਨਿਤਾਣੀਓਂ ਕੇ ਤਾਨਗੁਰੂ ਗੁਰੂ ਗਰੀਬ ਨਿਵਾਜ ਸਾਹਿਬ ਸਤਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਨ ਔਰ ਪਵਿੱਤਰ ਚਰਣਾ ਕਮਲਾਂ ਦੇ ਵਿੱਚ ਸ਼ੁਭ ਆਮਨ ਹੋਈ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਆਪਾਂ ਸਾਰੇ ਹੀ ਫਤੇ ਟੀਵੀ ਚੈਨਲ ਦੇ ਦੁਆਰਾ ਜੋ ਵਿਸ਼ੇਸ਼ ਉਪਰਾਲਾ ਕੀਤਾ ਗਿਆ ਹੈ ਤਰਗੇ ਗੁਰ ਵਿਚਾਰ ਜਿਸ ਦੇ ਵਿੱਚ ਨਿਰੰਤਰ ਆਪਾਂ ਧੰਤਨ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਔਰ ਪਵਿੱਤਰ ਲੜੀਵਾਰ ਗੁਰ ਸ਼ਬਦ ਦੀਆਂ ਵਿਚਾਰਾਂ ਦੇ ਨਾਲ ਸਾਝ ਪਾਉਂਦੇ ਆ ਰਹੇ ਆਂ ਅੱਜ ਜਿਸ ਸ਼ਬਦ ਦਾ ਪਾਠ ਦਸਰੇ ਦੇ ਕੋਲੋਂ ਆਪ ਸੰਗਤਾਂ ਨੇ ਹੁਣੇ-ਹੁਣੇ ਸਰਵਨ ਕੀਤਾ ਹੈ ਇਹਨਾਂ ਪਾਵਨ ਔਰ ਪਵਿੱਤਰ ਗੁਰੂ ਦੇ ਬਚਨਾਂ ਨੂੰ ਗੁਰੂ ਦੇ ਸ਼ਬਦ ਨੂੰ ਆਪਾਂ ਸਾਰਿਆਂ ਨੇ ਸਮਝਣਾ ਹੈ ਗੁਰੂ ਦੇ ਸ਼ਬਦ ਨੂੰ ਆਪਾਂ ਸਾਰਿਆਂ ਨੇ ਵਿਚਾਰਨਾ ਹੈ ਔਰ ਕੋਸ਼ਿਸ਼ੇ ਕਰਨੀ ਹੈ ਕਿ ਸਤਗੁਰੂ ਜੀ ਦਾ ਇਹ ਪਵਿੱਤਰ ਉਪਦੇਸ਼ ਸਤਗੁਰੂ ਜੀ ਦਾ ਇਹ ਪਵਿੱਤਰ ਸ਼ਬਦ ਸਾਡੇ ਜੀਵਨ ਦੇ ਵਿੱਚ ਵੀ ਆ ਜਾਏ ਕਿਉਂਕਿ ਸਤਗੁਰੂ ਜੀ ਦੀ ਬਾਣੀ ਦਾ ਇਹ ਪਵਿੱਤਰ ਬਚਨ ਹੈ ਕਿ ਸਤਗੁਰ ਸ਼ਬਦ ਉਜਾਰੋ ਦੀਪਾ ਬਿਨ ਅਸੇਉ ਅੰਧਕਾਰ ਤੇ ਮੰਦਰ ਗੁਰੂ ਦਾ ਜੋ ਸ਼ਬਦ ਹੈ ਉਹ ਇੱਕ ਬਲਦੇ ਹੋਏ ਦੀਪਕ ਦੇ ਸਮਾਨ ਹੈ ਜਿਸ ਤਰ੍ਹਾਂ ਹਨੇਰੇ ਕਮਰੇ ਦੇ ਵਿੱਚ ਦੀਵਾ ਜਗਾ ਦਈਏ ਤੇ ਜਦੋਂ ਦੀਵਾ ਜਗਦਾ ਹੈ ਤੇ ਸੁਭਾਵਿਕ ਜੀ ਗੱਲ ਹੈ ਹਨੇਰਾ ਜਿਹੜਾ ਹੈ ਉਹ ਦੂਰ ਹੋ ਜਾਂਦਾ ਸਤਿਗੁਰੂ ਜੀ ਦੀ ਬਾਣੀ ਦਾ ਬਚਨ ਹੈ ਦੀਵਾ ਜਲੇ ਅੰਧੇਰਾ ਜਾਇ ਹਨੇਰਾ ਜਿਹੜਾ ਆ ਉਹ ਦੂਰ ਹੋ ਜਾਂਦਾ ਬਿਲਕੁਲ ਇਸੇ ਤਰ੍ਹਾਂ ਸਤਿਗੁਰੂ ਜੀ ਦੇ ਬਚਨ ਨੇ ਸਤਗੁਰ ਸ਼ਬਦ ਉਜਾਰੋ ਦੀਪਾ ਗੁਰੂ ਦਾ ਸ਼ਬਦ ਜਿਹੜਾ ਹੈ ਉਹ ਬਲਦਾ ਹੋਇਆ ਦੀਪ ਹੈ ਤੇ ਸਤਿਗੁਰੂ ਜੀ ਨੇ ਨਾਲ ਹੀ ਇਹ ਬਚਨ ਕਹੇ ਮਾਲਕ ਜੀ ਕਹਿੰਦੇ ਬਿਨਸਿਓ ਅੰਧਕਾਰ ਤੇ ਮੰਦਰ ਉਸ ਹਿਰਦੇ ਦੇ ਵਿੱਚੋਂ ਮਾਲਕ ਜੀ ਕਹਿਣ ਲੱਗੇ ਨੇ ਹਨੇਰਾ ਜਿਹੜਾ ਆ ਅਗਿਆਨਤਾ ਰੂਪੀ ਹਨੇਰਾ ਆ ਉਹ ਬਿਨਸ ਜਾਂਦਾ ਹੈ ਉਹ ਦੂਰ ਹੋ ਜਾਂਦਾ ਹੈ ਜਿਸ ਦੇ ਵਿੱਚ ਜਿਸ ਹਿਰਦੇ ਦੇ ਵਿੱਚ ਗੁਰੂ ਦਾ ਸ਼ਬਦ ਰੂਪੀ ਦੀਪਕ ਦੀਵਾ ਜਗ ਪੈਂਦਾ ਜਾਂ ਗੁਰੂ ਦਾ ਸ਼ਬਦ ਆ ਜਾਂਦਾ ਬਿਨਸਿਓ ਅੰਧਕਾਰ ਤੇ ਮੰਦਰ ਰਤਨ ਕੋਠੜੀ ਖੁੱਲੀ ਅਨੂਪਾ ਰਤਨਾ ਦੀ ਕੋਠੜੀ ਗਿਆਨ ਦੀ ਕੋਠੜੀ ਵਿਚਾਰਾਂ ਦੀ ਕੋਠੜੀ ਜਿਹੜੀ ਹੈ ਇਹੋ ਕਹੈ ਲੋ ਵੀ ਸਤਿਗੁਰੂ ਜੀ ਕਹਿੰਦੇ ਨੇ ਉਹ ਉਜਾਗਰ ਹੋ ਜਾਂਦੀ ਹੈ ਗੁਰੂ ਨਾਨਕ ਸਾਹਿਬ ਜੀ ਨੇ ਵੀ ਇਹ ਬਚਨ ਕਹੇ ਮਲਕ ਜੀ ਕਹਿੰਦੇ ਨੇ ਮਤ ਵਿੱਚ ਰਤਨ ਜਵਾਹਰ ਮਾਨਕ ਮਤ ਦੇ ਵਿੱਚ ਕੀਮਤੀ ਰਤਨਾ ਵਰਗੀਆਂ ਜਵਾਹਰਾਤਾ ਵਰਗੀਆਂ ਕੀਮਤੀ ਵਿਚਾਰਾਂ ਮੋਤੀਆਂ ਵਰਗੀਆਂ ਵਿਚਾਰਾਂ ਜਿਹੜੀਆਂ ਉਹ ਉਪਜਣੀਆਂ ਸ਼ੁਰੂ ਹੋ ਜਾਂਦੀਆਂ ਪੈਦਾ ਹੋਣੀਆਂ ਸ਼ੁਰੂ ਹੋ ਜਾਂਦੀਆਂ ਕਦੋਂ ਸਤਿਗੁਰੂ ਜੀ ਕਹਿੰਦੇ ਜੇ ਇੱਕ ਗੁਰ ਕੀ ਸਿੱਖ ਸੁਣੀ ਜੇ ਗੁਰੂ ਦੀ ਸਿੱਖਿਆ ਨੂੰ ਅਸੀਂ ਸੁਣ ਲਈਏ ਇਸ ਕਰਕੇ ਦਾਸ ਨੇ ਬੇਨਤੀ ਕੀਤੀ ਹੈ ਕਿ ਆਪਾਂ ਸਾਰਿਆਂ ਨੇ ਇਸ ਗੁਰੂ ਦੇ ਸ਼ਬਦ ਨੂੰ ਗੁਰੂ ਦੇ ਬਚਨ ਨੂੰ ਸਮਝਣਾ ਹੈ ਗੁਰੂ ਦੇ ਸ਼ਬਦ ਨੂੰ ਵਿਚਾਰਨਾ ਹੈ ਉੱਥੇ ਕੋਸ਼ਿਸ਼ੇ ਕਰਨੀ ਆ ਵੀ ਸਤਿਗੁਰੂ ਜੀ ਦਾ ਇਹ ਪਵਿੱਤਰ ਬਚਨ ਗੁਰੂ ਦਾ ਇਹ ਪਵਿੱਤਰ ਸ਼ਬਦ ਸਾਡੇ ਜੀਵਨ ਦੇ ਵਿੱਚ ਵੀ ਆ ਜਾਏ ਤਾਂ ਕਿ ਅਸੀਂ ਵੀ ਗੁਰੂ ਦੇ ਸ਼ਬਦ ਦੇ ਅਨੁਸਾਰ ਜੁੜ ਕੇ ਗੁਰੂ ਦੇ ਸ਼ਬਦ ਦੇ ਨਾਲ ਜੁੜ ਕੇ ਗੁਰੂ ਦੇ ਸ਼ਬਦ ਦੇ ਅਨੁਸਾਰ ਜੀਵਨ ਜੀ ਕੇ ਜਿਹੜਾ ਹੈ ਉਹ ਆਪਣੇ ਇਸ ਇਨਸਾਨੀ ਜਾਮੇ ਨੂੰ ਮਨੁੱਖਾ ਜਨਮ ਨੂੰ ਸਫਲਾ ਕਰ ਸਕੀਏ ਅੱਜ ਦੇ ਇਹਨਾਂ ਪਾਵਨ ਔਰ ਪਵਿੱਤਰ ਗੁਰੂ ਦੇ ਬਚਨਾਂ ਦੀ ਗੁਰੂ ਦੇ ਸ਼ਬਦ ਦੀ ਵਿਚਾਰ ਦੀ ਅਰੰਭਤਾ ਤੋਂ ਪਹਿਲਾਂ ਸਾਰੀ ਹੀ ਸੰਗਤ ਸੁਰਤੀਆਂ ਔਰ ਬਿਰਤੀਆਂ ਨੂੰ ਇਕਾਗਰ ਕਰੋ ਮਾਲਕ ਤੋਂ ਅਗਿਆ ਲਿਏ ਕੋਈ ਵੀ ਰਸਨਾ ਵਾਂਝੀ ਨਾ ਰਵੇ ਧੰਨ ਧੰਨ ਸਹਿਬ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦੁਆਰਾ ਬਖਸ਼ਿਸ਼ ਕੀਤੀ ਹੋਈ ਫਤੇ ਗੱਜਵਟ ਕੇ ਪ੍ਰਵਾਨ ਕਰੋ ਸਾਰੇ ਲਵਾਓ ਹਾਜ਼ਰੀ ਤੇ ਬਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਪਾਵਨ ਪਵਿੱਤਰ ਸ਼ਬਦ ਜਿਸ ਸ਼ਬਦ ਦਾ ਪਾਠ ਦਸਰੇ ਦੇ ਕੋਲੋਂ ਆਪ ਸੰਗਤਾਂ ਨੇ ਸਰਵਣ ਕੀਤਾ ਹੈ ਜਿਸ ਸ਼ਬਦ ਦੀ ਵਿਚਾਰ ਆਪਾਂ ਸਾਂਝੀ ਕਰਨੀ ਹੈ ਇਹ ਪਵਿੱਤਰ ਸ਼ਬਦ ਧੰਨ ਧੰਨ ਸਹਿਬ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਦੇ ਦੁਆਰਾ ਰਾਗ ਮਾਝ ਦੇ ਵਿੱਚ ਉਚਾਰਨ ਕੀਤਾ ਹੋਇਆ ਹੈ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 100 ਤੇ 33 ਦੇ ਉੱਪਰ ਇਹ ਪਵਿੱਤਰ ਸ਼ਬਦ ਜਿਹੜਾ ਹੈ ਉਸ ਭਾਈ ਮਾਨੇ ਤੇ ਇਸ ਬਾਣੀ ਦਾ ਜੋ ਸਰਲੇਖ ਹੈ ਉਹ ਹੈ 12ਵਾਂ 12ਵਾਂ ਮਾਜ ਮਹਿਲਾ ਪੰਜਵਾਂ ਘਰ ਚੌਥਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਇਸ ਪਵਿੱਤਰ ਬਾਣੀ ਦੇ ਪਹਿਲੇ ਪਦੇ ਦੀ ਵਿਚਾਰ ਜਿਹੜੀ ਆਪਾਂ ਪਹਿਲਾਂ ਕਰ ਚੁੱਕੇ ਹਾਂ ਤੇ ਇਹ ਏਸ ਬਾਣੀ ਦਾ ਦੂਸਰਾ ਪਦ ਹੈ। ਏਸ ਬਾਣੀ ਦੇ ਕੁੱਲ 14 ਪਦੇ ਨੇ। ਤੇ ਅੱਜ ਦੇ ਸ਼ਬਦ ਅੱਜ ਦੇ ਦੀਵਾਨਾ ਦੇ ਵਿੱਚ ਆਪਾਂ ਚੇਤਰ ਦੇ ਮਹੀਨੇ ਦੀ ਜੋ ਵਿਚਾਰ ਹੈ ਉਹ ਸਾਂਝੀ ਕਰਨੀ ਹੈ ਵੀ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਨੇ ਸਾਨੂੰ ਚੇਤਰ ਦੇ ਮਹੀਨੇ ਦੇ ਬਾਰੇ ਕਿਉਂਕਿ ਜਦੋਂ ਆਪਾਂ ਦੇਸੀ ਮਹੀਨਿਆਂ ਦੀ ਗੱਲ ਕਰਦੇ ਆਂ ਤੇ ਆਮ ਤੌਰ ਤੇ ਕਿਉਂਕਿ ਆ ਜਨਵਰੀ ਫਰਵਰੀ ਮਾਰਚ ਅਪ੍ਰੈਲ ਇਹ ਸਾਰੇ ਦੇ ਸਾਰੇ ਇਹ ਤੇ ਈਸਾਈ ਧਰਮ ਦੇ ਕੈਲੰਡਰ ਦੇ ਅਨੁਸਾਰ ਨੇ ਗੈਗੋਰੀਅਨ ਕੈਲੰਡਰ ਹੈ ਈਸਾਈ ਧਰਮ ਦਾ ਈਸਾਈ ਧਰਮ ਦੇ ਗੈਗੋਰੀਅਨ ਕੈਲੰਡਰ ਦੇ ਅਨੁਸਾਰ ਅੱਜ ਆਪਾਂ ਜਿਹੜੇ ਐ ਉਹ ਸਾਰੇ ਦੇ ਸਾਰੇ ਚੱਲਦੇ ਆ ਪਰ ਜਦੋਂ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਪੜਾਂਗੇ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਦੋ ਵਾਰੀ 12 ਮਾਹ ਦੇ ਸਰਲੇਖ ਦੇ ਹੇਠ ਬਾਣੀ ਆਈ ਹੈ ਇੱਕ ਵਾਰੀ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਬਾਰਾਮਾ ਉਚਾਰਨ ਕੀਤਾ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਰਾਗ ਤੁਖਾਰੀ ਦੇ ਵਿੱਚ ਤੇ ਇੱਕ ਵਾਰੀ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਨੇ ਬਾਰਾਮਾ ਉਚਾਰਨ ਕੀਤਾ ਹੈ ਰਾਗ ਮਾਝ ਦੇ ਵਿੱਚ ਜਿਸ ਜਿਸ ਬਾਣੀ ਦੀ ਵਿਚਾਰ ਹਰੇਕ ਸੰਗ੍ਰਾਂਤ ਤੇ ਜਿਹੜੀ ਹੈ ਉਹ ਕੀਤੀ ਜਾਂਦੀ ਹੈ ਕਿਉਂਕਿ ਇਹ ਚੇਤਰ ਦਾ ਮਹੀਨਾ ਹੈ ਤੇ ਚੇਤਰ ਦੇ ਮਹੀਨੇ ਦੇ ਸੰਬੰਧ ਦੇ ਵਿੱਚ ਸਤਿਗੁਰੂ ਜੀ ਨੇ ਇਹ ਸ਼ਬਦ ਜਿਹੜਾ ਹੈ ਉਚਾਰਨ ਕੀਤਾ ਹੈ ਤਕਰੀਬਨ ਤਕਰੀਮਨ ਹਰੇਕ ਗੁਰਦੁਆਰੇ ਦੇ ਵਿੱਚ ਚੇਤਰ ਦੇ ਮਹੀਨੇ ਦੀ ਸੰਗਰਾਦ ਵਾਲੇ ਦਿਨ ਇਸ ਪਵਿੱਤਰ ਸ਼ਬਦ ਦੀ ਵਿਚਾਰ ਜਿਹੜੀ ਹੈ ਉਹ ਸਾਂਝੀ ਕੀਤੀ ਜਾਂਦੀ ਹੈ। ਸਤਿਗੁਰੂ ਜੀ ਨੇ ਇੱਕ ਵਾਅਦਾ ਕੀਤਾ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਨੇ ਕਿਉਂਕਿ ਵੇਖੋ ਹਰੇਕ ਮੰਦਾ ਚਾਹੁੰਦਾ ਹੈ ਕਿ ਮੇਰੇ ਜੀਵਨ ਦੇ ਵਿੱਚ ਖੁਸ਼ੀ ਆ ਜਾਈ। ਮੇਰਾ ਜੀਵਨ ਸੁੱਖਾਂ ਭਰਿਆ ਬਤੀਤ ਹੋਵੇ, ਮੇਰੇ ਜੀਵਨ ਦੇ ਵਿੱਚ ਆਨੰਦ ਆਵੇ, ਮੈਂ ਆਨੰਦਪਈ ਜੀਵਨ ਬਤੀਤ ਕਰਾਂ। ਤੇ ਆਨੰਦਮਈ ਜੀਵਨ ਬਤੀਤ ਕਰਨ ਵਾਸਤੇ ਹਰ ਬੰਦਾ ਕਈ ਤਰ੍ਹਾਂ ਦੇ ਉਪਰਾਲੇ ਕਰਦਾ ਹੈ ਵੱਖ-ਵੱਖ ਤਰ੍ਹਾਂ ਦੇ ਪਦਾਰਥਾਂ ਦਾ ਸਹਾਰਾ ਲੈਂਦਾ ਹੈ ਐਸ਼ੋ-ਇਸ਼ਰਤ ਦੇ ਸਾਧਨ ਖਰੀਦਦਾ ਪਰ ਆਪਾਂ ਦੇਖਦੇ ਹਾਂ ਵੀ ਇੰਨਾ ਕੁਝ ਕਰਨ ਦੇ ਬਾਬੂਦ ਵੀ ਐਸ਼ੋ-ਇਸ਼ਰਤ ਦੇ ਸਾਧਨ ਵੀ ਨੇ ਪਦਾਰਥ ਵੀ ਨੇ ਸਭ ਕੁਝ ਹੈਗਾ ਇੰਨਾ ਕੁਝ ਹੁੰਦੇ باوجود ਵੀ ਬੰਦੇ ਦੇ ਦੁੱਖ ਜਿਹੜੇ ਨੇ ਬੰਦੇ ਦੀਆਂ ਟੈਨਸ਼ਨਾਂ ਨੇ ਜਿਹੜੀਆਂ ਉਹ ਨਿਰੰਤਰ ਉਸੇ ਤਰ੍ਹਾਂ ਜਿਹੜੀਆਂ ਹੈ ਉਹ ਚੱਲ ਜਿਹੜੀਆਂ ਚੱਲ ਰਹੀਆਂ ਨੇ ਖਤਮ ਨਹੀਂ ਹੋ ਰਹੀਆਂ ਫਿਰ ਕਿਤੇ ਨਾ ਕਿਤੇ ਤੇ ਸੋਚਣਾ ਬਣਦਾ ਹੈ ਵੀ ਜੋ ਕੁਝ ਮੈਂ ਕਰ ਰਿਹਾ ਕਰ ਤੇ ਰਿਹਾ ਸੁੱਖ ਵਾਸਤੇ ਪਰ ਜੀਵਨ ਦੇ ਵਿੱਚ ਸੁੱਖ ਜਿਹੜਾ ਹੈ ਉਹ ਕਿਤੇ ਨਜ਼ਰ ਆ ਨਹੀਂ ਰਿਹਾ ਜਾਂ ਸੁੱਖ ਮਿਲ ਨਹੀਂ ਰਿਹਾ ਫਿਰ ਸੋਚਣਾ ਬਣੇਗਾ ਵਿਸ਼ੋਖ ਕਿਵੇਂ ਆਏਗਾ ਜਾਂ ਸੁਖ ਪ੍ਰਾਪਤ ਕਿਵੇਂ ਹੁੰਦਾ ਤੇ ਜਦੋਂ ਆਪਾਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਪੜ੍ਹਦੇ ਆ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਸੁਣਦੇ ਆ ਗੁਰੂ ਸਾਹਿਬ ਦੀ ਬਾਣੀ ਨੂੰ ਵਿਚਾਰਦੇ ਆ ਤੇ ਫਿਰ ਸਾਨੂੰ ਪਤਾ ਲੱਗਦਾ ਵੀ ਜਿਹੜਾ ਸੁਖ ਆ ਉਹ ਪਦਾਰਥਾਂ ਦੇ ਵਿੱਚ ਨਹੀਂ ਹੈਗਾ ਇਸ ਗੱਲ ਨੂੰ ਸਮਝੋ ਸਤਿਗੁਰੂ ਜੀ ਨੇ ਸਪਸ਼ਟ ਕਿਹਾ ਮਾਲਕ ਜੀ ਕਹਿੰਦੇ ਸੁਖ ਨਾਹੀ ਬੌਤੈ ਧਨ ਖਾਟੇ ਪਹਿਲੀ ਗੱਲ ਤੇ ਸਾਨੂੰ ਕੀ ਪਤਾ ਹੋਣੀ ਚਾਹੀਦੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਨੂੰ ਬਾਣੀ ਸਾਨੂੰ ਗੁਰਮਤਿ ਕੀ ਕਹਿੰਦੀ ਹੈ ਗੁਰਮਤਿ ਦਾ ਸਾਡੇ ਵਾਸਤੇ ਉਪਦੇਸ਼ ਕੀ ਹੈ ਮਾਲਕ ਜੀ ਕਹਿੰਦੇ ਅਗੇ ਲੱਖਾਂ ਕਰੋੜਾਂ ਅਰਬਾਂ ਰੁਪਈਆ ਬੰਦਾ ਪ੍ਰਾਪਤ ਕਰ ਲਵੇ ਤੇ ਜੇ ਕੋਈ ਅਰਬਾਂ ਰੁਪਈਆ ਪ੍ਰਾਪਤ ਕਰਕੇ ਇਹ ਗੱਲ ਕਹੇ ਕਿ ਮੈਂ ਸੁਖੀ ਹੋ ਜਾਵਾਂਗਾ ਪੈਸੇ ਦੇ ਨਾਲ ਸਤਿਗੁਰੂ ਜੀ ਕਹਿੰਦੇ ਨਹੀਂ ਬਹੁਤਾ ਧਨ ਖੱਟ ਕੇ ਵੀ ਬੰਦਾ ਜਿਹੜਾ ਹੈ ਉਹ ਦੁਖੀ ਹੈ ਜੇ ਧਨ ਦੇ ਵਿੱਚ ਸੁੱਖ ਹੁੰਦਾ ਤੇ ਜਿੰਨੇ ਤੇ ਜਿੰਨੇ ਅਮੀਰ ਬਿਜ਼ਨਸਮੈਨ ਨੇ ਜਿੰਨੇ ਤੇ ਜਿੰਨੇ ਵੱਡੇ ਵੱਡੇ ਕਾਰੋਬਾਰੀ ਨੇ ਜਾਂ ਅਮੀਰ ਬੰਦੇ ਨੇ ਉਹ ਤੇ ਕਦੋਂ ਦੇ ਸੁਖੀ ਹੋ ਗਏ ਹੁੰਦੇ ਪਰ ਜਦੋਂ ਆਪਾਂ ਦੇਖਦੇ ਆ ਨਾ ਉਹਨਾਂ ਦੇ ਜੀਵਨ 'ਚ ਸੁੱਖ ਨਹੀਂ ਉਹ ਵੀ ਦੁਖੀ ਨੇ ਉਹ ਵੀ ਰਾਤ ਨੂੰ ਸੌਣ ਲੱਗਿਆਂ ਨੀਂਦ ਦੀਆਂ ਗੋੜੀਆਂ ਲੈ ਕੇ ਉਹਨਾਂ ਨੂੰ ਵੀ ਸੌਣਾ ਪੈਂਦਾ ਹੈ ਜਾਂ ਸੌਂਦੇ ਐ ਸਤਿਗੁਰੂ ਜੀ ਨੇ ਸਪਸ਼ਟ ਤੌਰ ਤੇ ਇਹ ਬਚਨ ਕਿਹਾ ਮਾਲਕ ਜੀ ਕਹਿੰਦੇ ਧਨ ਦੇ ਵਿੱਚ ਸੁੱਖ ਨਹੀਂ ਸੁੱਖ ਨਾਹੀ ਬਉਤੇ ਤਨ ਖਾਟੇ ਸਤਗੁਰੂ ਜੀ ਦੇ ਬਚਨ ਨੇ ਮਾਲਕ ਜੀ ਕਹਿਣ ਲੱਗੇ ਸੁਖ ਨਾਹੀ ਪੇਖੈ ਨਿਰਤ ਨਾਟਿ ਆਮ ਤੌਰ ਤੇ ਨਾ ਬੰਦਾ ਕਹਿੰਦਾ ਵੀ ਆਪਾਂ ਕੋਈ ਪ੍ਰੋਗਰਾਮ ਦੇਖਦੇ ਆ ਕੋਈ ਨਾਟਕ ਟਿਕ ਟਿਕ ਦੇਖਦੇ ਆ ਕੋਈ ਫਿਲਮ ਦੇਖਦੇ ਆ ਬੰਦਾ ਕਹਿੰਦਾ ਇਹਦੇ ਵਿੱਚ ਸੁੱਖ ਹੈ ਜਿੰਨਾ ਚਿਰ ਤੇ ਆਪਾਂ ਉਹਦੇ ਨਾਲ ਜੁੜੇ ਆ ਉਹਦੇ ਵਿੱਚ ਖੋ ਜਾਂਦੇ ਆ ਕੋਈ ਸੀਰੀਅਲ ਦੇਖ ਰਹੇ ਆ ਕੋਈ ਕੋਈ ਫਿਲਮ ਦੇਖ ਰਹੇ ਆ ਉਹਨਾਂ ਕਿਰਤੇ ਸਾਨੂੰ ਲੱਗਦਾ ਵੀ ਠੀਕ ਹੈ ਪਰ ਜਦੋਂ ਉਹ ਚੀਜ਼ ਖਤਮ ਹੋ ਜਾਂਦੀ ਹੈ ਤੇ ਫਿਰ ਉਹੀ ਸਾਡਾ ਜਿਹੜਾ ਮਾਹੌਲ ਹੈ ਕਹਿਣ ਤੋਂ ਪਾਪ ਵੀ ਸਾਡੀ ਅਵਸਥਾ ਦੇ ਵਿੱਚ ਤਬਦੀਲੀ ਨਹੀਂ ਆਈ ਗੁਰੂ ਸਾਹਿਬ ਨੇ ਬਚਨ ਕਿਹਾ ਮਾਲਕ ਜੀ ਕਹਿੰਦੇ ਸੁਖ ਨਾਹੀ ਬਉਤੈ ਤਨ ਖਾਟੇ ਸੁਖ ਨਾਹੀ ਪੇਖੈ ਨਿਰਤ ਨਾਟੇ ਮਾਲਕ ਜੀ ਕਹਿੰਦੇ ਸੁਖ ਨਾਹੀ ਬਉ ਦੇਸ਼ ਕਮਾਏ ਭਵੇਂ ਸਾਰੀ ਦੀ ਸਾਰੀ ਸ੍ਰਿਸ਼ਟੀ ਦਾ ਰਾਜਾ ਬੱਦਾ ਬਣ ਜੇ ਕਈ ਦੇਸ਼ਾਂ ਦਾ ਰਾਜ ਬੰਦਾ ਪ੍ਰਾਪਤ ਕਰ ਲੇ ਤੇ ਬੰਦਾ ਕਹੇ ਮੈਂ ਸੁਖੀ ਹੋ ਜਾਗਾ ਸਚਾਈ ਇਹ ਹੈ ਸਤਗੁਰੂ ਜੀ ਕਹਿਣ ਲੱਗੇ ਨੇ ਸਰਬ ਸ੍ਰਿਸ਼ਟ ਕੋ ਰਾਜਾ ਦੁਖੀਆ ਸੁਖਮਨੀ ਸਾਹਿਬ ਜੀ ਦੀ ਬਾਣੀ ਸਾਰੀ ਸ੍ਰਿਸ਼ਟੀ ਦਾ ਰਾਜ ਵੀ ਬੰਦਾ ਪ੍ਰਾਪਤ ਕਰ ਲੇ ਮਾਇਕੀ ਜੀ ਕਹਿਣ ਲੱਗੇ ਜੇ ਰੱਬ ਦਾ ਨਾਮ ਜੀਵਨ ਦੇ ਵਿੱਚ ਨਹੀਂ ਹੈਗਾ ਤੇ ਸਤਗੁਰੂ ਜੀ ਕਹਿਣ ਲੱਗੇ ਫਿਰ ਵੀ ਦੁਖੀ ਹੈ ਹੁਣ ਸੁਣੀਓ ਸੁਖ ਨਾਹੀ ਬਹੁਤੈ ਤਨ ਖਾਟੇ ਸੁਖ ਨਾਹੀ ਪੇਖੈ ਨਤ ਨਾਟੇ ਮਾਲਕ ਜੀ ਕਹਿੰਦੇ ਸੁਖ ਨਾਹੀ ਬਉਦੇਸ਼ ਕਮਾਏ ਸੁਖ ਕਿੱਥੇ ਐ ਸਰਬ ਸੁਖਾ ਹਰ ਹਰ ਗੁਣ ਗਾਏ ਮਾਲਕ ਜੀ ਕਹਿੰਦੇ ਜਦੋਂ ਰੱਬ ਦੇ ਗੁਣ ਗਾਏਗਾ ਜਦੋਂ ਰੱਬ ਦੀ ਬੰਦਗੀ ਕਰੇਗਾ ਜਦੋਂ ਪ੍ਰਮਾਤਮਾ ਦਾ ਨਾਮ ਜਪੇਗਾ ਮਾਲਕ ਜੀ ਕਹਿੰਦੇ ਤੇਰੇ ਜੀਵਨ ਦੇ ਵਿੱਚ ਸੁਖ ਆ ਜਾਏਗਾ ਤੇਰੇ ਜੀਵਨ ਦੇ ਵਿੱਚ ਆਨੰਦ ਆ ਜਾਏਗਾ ਇਥੇ ਚੇਤਰ ਦੇ ਮਹੀਨੇ ਦੀ ਜਦੋਂ ਰੰਭਤਾ ਹੋਈ ਜਦੋਂ ਇਸ ਸ਼ਬਦ ਦੇ ਵਿੱਚ ਸਤਿਗੁਰੂ ਜੀ ਨੇ ਇੱਕ ਵਾਦਾ ਕੀਤਾ ਇੱਕ ਗੱਲ ਕਹੀ ਮਾਲਕ ਜੀ ਕਹਿਣ ਲੱਗੇ ਇਹ ਗੁਰੂ ਕਿਆ ਸਿਖਾ ਜੇ ਤੂੰ ਜੀਵਨ ਦੇ ਵਿੱਚ ਸੁੱਖ ਚਾਹੁੰਦਾ ਹੈ ਤੇ ਇੱਕ ਗੱਲ ਚੇਤੇ ਰੱਖੀ ਪ੍ਰਮਾਤਮਾ ਅਕਾਲ ਪੁਰਖ ਨੂੰ ਅਰਦਾਨਾ ਸ਼ੁਰੂ ਕਰ ਦੇ ਰੱਬ ਦੀ ਅਰਦਾਨਾ ਸ਼ੁਰੂ ਕਰ ਮਾਲਕ ਜੀ ਕਹਿੰਦੇ ਜਿਸ ਸਮੇਂ ਤੂੰ ਪ੍ਰਮਾਤਮਾ ਦੀ ਅਰਦਾਨਾ ਸ਼ੁਰੂ ਕਰ ਦੇਗਾ ਨਾ ਰੱਬ ਨੂੰ ਚੇਤੇ ਕਰਨਾ ਸ਼ੁਰੂ ਕਰ ਦੇਗਾ ਤੇ ਸਤਿਗੁਰੂ ਜੀ ਦੇ ਬਚਨ ਹੈ ਇਹ ਸ਼ਬਦ ਬੜਾ ਧਿਆਨ ਨਾਲ ਸੁਣਨ ਵਾਲਾ ਹੈ ਮਾਲਕ ਜੀ ਕਹਿੰਦੇ ਨੇ ਤੇਰੇ ਨਾਲ ਇਹ ਵਾਅਦਾ ਹੈ ਗੁਰੂ ਸਾਹਿਬ ਦੇ ਬਚਨ ਮਾਲਕ ਜੀ ਕਹਿੰਦੇ ਤੇਰੇ ਜੀਵਨ ਦੇ ਵਿੱਚ ਆਨੰਦ ਆਏਗਾ ਹੀ ਆਏਗਾ ਤੇਰੇ ਜੀਵਨ ਦੇ ਵਿੱਚ ਸੁੱਖ ਆਏਗਾ ਹੀ ਆਏਗਾ ਔਰ ਕੱਲਾ ਕਿਹਾ ਨਹੀਂ ਜਦੋਂ ਆਪਾਂ ਏਸ ਬਾਣੀ ਨੂੰ ਭਾਰਾਮਾ ਦੀ ਬਾਣੀ ਨੂੰ ਵਿਚਾਰਦੇ ਜਾਵਾਂਗੇ ਨਾ ਬਾਰਾਂ ਮਾਹੀ ਬਾਣੀ ਨੂੰ ਆਪਾਂ ਵਿਚਾਰਦੇ ਜਾਵਾਂਗੇ ਇਸੇ ਤਰ੍ਹਾਂ ਚੇਤਰ ਹੈ ਵਿਸਾਖ ਹੈ ਜੇਠ ਹੈ ਹਾੜ ਹੈ ਸੋਹਣ ਹੈ ਭਾਦੋ ਹੈ ਸਾਰੇ ਮਹੀਨੇ ਗੁਰੂ ਸਾਹਿਬ ਨੇ ਤਰਤੀਬ ਦਿੱਤੀ ਜਿਸ ਨੂੰ ਕਹਿੰਦੇ ਆਪਾਂ ਦੇਸੀ ਮਹੀਨਿਆਂ ਦੀ ਤਰਤੀਬ ਦਿੱਤੀ ਇਹ ਮਹੀਨਾ ਹੈ ਪਹਿਲਾ ਇਸ ਮਹੀਨੇ ਦਾ ਇਉਂ ਕਹ ਲਓ ਇਹ ਸੰਗਰਾਮ ਦਾ ਜਾਂ ਕਹ ਲਓ ਸਾਲ ਦਾ ਇਹ ਪਹਿਲਾ ਮਹੀਨਾ ਹੈ ਚੇਤਨ ਦਾ ਦੇਸੀ ਮਹੀਨਿਆਂ ਦੇ ਅਨੁਸਾਰ ਸਤਗੁਰੂ ਜੀ ਨੇ ਪਹਿਲੇ ਮਹੀਨੇ ਦੇ ਵਿੱਚ ਚੇਤਰ ਦੇ ਮਹੀਨੇ ਦੇ ਵਿੱਚ ਇਹ ਗੱਲ ਕਹੀ ਗੁਰੂ ਸਾਹਿਬ ਜੀ ਕਹਿੰਦੇ ਜਪਨਾ ਸ਼ੁਰੂ ਕਰਤੇਰੇ ਜੀਵਨ 'ਚ ਆਨੰਦ ਆਏਗਾ ਤੇ ਜਦੋਂ ਆਪਾਂ ਅੱਗੇ ਪ੍ਰਕਰਣਵਾਰ ਜਦੋਂ ਮਹੀਨਿਆਂ ਨੂੰ ਵਿਚਾਰਦੇ ਜਾਵਾਂਗੇ ਨਾ ਤੇ ਜਿਸ ਵੇਲੇ ਆਖਰੀ ਮਹੀਨਾ ਹੈ ਦੇਸੀ ਮਹੀਨਿਆਂ ਦੇ ਵਿੱਚੋਂ ਸਤਗੁਰੂ ਜੀ ਨੇ ਰੁੱਤਾਂ ਦੇ ਅਨੁਸਾਰ ਜਿਹੜੇ ਮਹੀਨੇ ਨੇ ਆਪਾਂ ਸਾਰੇ ਦੇ ਸਾਰੇ ਪੜ੍ਹਦੇ ਆ ਜਾਂ ਜਾਣਦੇ ਆ ਚੇਤਰ ਹੈ ਵਿਸਾਖ ਹੈ ਜੇਠ ਹੈ ਔਰ ਸਾਰੇ ਦੇ ਸਾਰੇ ਮਹੀਨਿਆਂ ਨੂੰ ਜਦੋਂ ਆਪਾਂ ਵਿਚਾਰਾਂਗੇ ਸਮਝਾਂਗੇ ਆਖਰੀ ਮਹੀਨਾ ਆ ਫੱਗਣ ਤੇ ਆ ਵੇਖੋ ਚੇਤ ਚੇਤਰ ਦੇ ਮਹੀਨੇ ਦੇ ਵਿੱਚ ਗੁਰੂ ਸਾਹਿਬ ਨੇ ਕਿਹਾ ਚੇਤ ਗੋਬਿੰਦ ਅਰਾਧਿਆ ਹੋਵੇ ਆਨੰਦ ਕੰਨਾ ਗੁਰੂ ਸਾਹਿਬ ਨੇ ਵਾਅਦਾ ਕੀਤਾ ਜਿਸ ਵੇਲੇ ਆਪਾਂ ਫੱਗਣ ਦੇ ਵਿੱਚ ਪਹੁੰਚਾਂਗੇ ਨਾ ਆਖਰੀ ਜਿਹੜਾ ਮਹੀਨਾ ਹੈ ਆ ਦੇਸਵੀਂ ਮਹੀਨਿਆਂ ਦੇ ਵਿੱਚੋਂ ਆਖਰੀ ਮਹੀਨਾ ਹੈ ਫੱਗਣ ਦਾ ਫੱਗਣ ਤੋਂ ਬਾਅਦ ਫਿਰ ਚੇਤਰ ਦਾ ਮਹੀਨਾ ਸ਼ੁਰੂ ਹੋ ਜਾਂਦਾ ਹੈ ਫੱਗਣ ਦਾ ਮਹੀਨਾ 12ਵਾਂ ਮਹੀਨਾ ਹੈ ਦੇਸਵੀਂ ਮਹੀਨਿਆਂ ਦੇ ਵਿੱਚੋਂ ਮਾਲਕ ਜੀ ਨੇ ਜਿਹੜਾ ਪਹਿਲੇ ਮਹੀਨੇ ਦੇ ਵਿੱਚ ਵਾਦਾ ਕੀਤਾ ਸੀ ਨਾ ਸਾਨੂੰ ਇਹ ਇਹ ਸਮਝਣਾ ਪੈਣਾ ਹੈ ਜਿਹੜੀ ਗੁਰੂ ਸਾਹਿਬ ਨੇ ਬਾਣੀ ਲਿਖੀ ਹੈ ਨਾ ਇਹ ਬਾਣੀ ਦੇ ਵਿਚਾਰ ਨੂੰ ਸਮਝਣਾ ਪੈਣਾ ਜਦੋਂ ਫੱਗਣ ਦਾ ਮਹੀਨਾ ਆਏਗਾ ਸਤਿਗੁਰੂ ਜੀ ਕਹਿਣ ਲੱਗੇ ਫਲਗੁਣ ਆਨੰਦ ਉਪਾਰ ਜਨਾ ਹਰ ਸ਼ੱਜਣ ਪ੍ਰਗਟੇ ਆਏ ਸਮਝਿਓ ਇਸ ਗੱਲ ਨੂੰ ਪਹਿਲੇ ਮਹੀਨੇ ਚ ਕਿਹਾ ਚੇਤ ਗੋਵਿੰਦ ਅਰਾਧਿਆ ਹੋਵੇ ਆਨੰਦ ਕਣਾ ਗੁਰੂ ਸਾਹਿਬ ਜੀ ਕਹਿੰਦੇ ਚੇਤਰ ਦੇ ਮਹੀਨੇ ਚ ਤੂੰ ਜਪਣਾ ਸ਼ੁਰੂ ਕਰ ਅਰਾਧਨਾ ਸ਼ੁਰੂ ਕਰ ਤੇਰੇ ਜੀਵਨ ਚ ਆਨੰਦ ਆਏਗਾ ਹੁਣ ਜਦੋਂ ਫੱਗਣ ਦਾ ਮਹੀਨਾ ਆ ਗਿਆ ਨਾ ਆਖਰੀ ਮਹੀਨਾ ਪਹਿਲੇ ਚ ਵਾਦਾ ਕੀਤਾ ਵੀ ਤੂੰ ਜਪ ਸ਼ੁਰੂ ਕਰ ਤੇਰੇ ਜੀਵਨ ਚ ਆਨੰਦ ਆਏਗਾ ਫੱਗਣ ਦਾ ਮਹੀਨਾ ਆ ਗਿਆ ਸਤਿਗੁਰੂ ਦੀ ਕਹਿੰਦੇ ਵੇਖ ਫਲਗੁਣ ਆਨੰਦ ਉਪਾਰ ਜਨਾ ਹਰ ਸੱਜਣ ਪ੍ਰਗਟੇ ਆਏ ਕਹਿੰਦੇ ਵੇਖ ਆਪਣੇ ਜੀਵਨ ਦੇ ਵੱਲ ਨਜ਼ਰ ਮਾਰ ਕੇ ਦੇਖ ਤੇਰੇ ਜੀਵਨ ਦੇ ਵਿੱਚ ਸੱਜਣ ਪ੍ਰਗਟ ਹੋ ਗਿਆ ਤੇਰੇ ਜੀਵਨ ਦੇ ਵਿੱਚ ਆਨੰਦ ਆ ਗਿਆ ਫਲਗੁਣ ਆਨੰਦ ਉਪਾਰ ਜਨਾ ਪਹਿਲੇ ਮਹੀਨੇ ਚ ਵਾਦਾ ਕੀਤਾ ਆਨੰਦ ਆਏਗਾ ਜੇ ਤੂੰ ਪਰਮਾਤਮਾ ਨੂੰ ਅਰਾਧੇਂਗਾ ਮਾਲਕ ਜੀ ਕਹਿੰਦੇ ਜੇ ਤੂੰ ਅਰਾਧਨਾ ਸ਼ੁਰੂ ਕਰ ਦਿੱਤਾ ਤੇ ਮੇਰੇ ਕਹਿ ਅਨੁਸਾਰ ਜੇ ਤੂੰ ਜੀਵਨ ਜਿਉਂਿਆ ਸਤਿਗੁਰੂ ਗੁਰਜਨ ਸਾਹਿਬ ਜੀ ਮਾਲਕ ਜੀ ਕਹਿੰਦੇ ਜੇ ਤੂੰ ਸਾਡੇ ਕਹਿ ਅਨੁਸਾਰ ਜੀਵਨ ਜੀਵੇਂਗਾ ਤੇ 12ਵਾਂ ਮਹੀਨਾ ਆਉਂਦਿਆ ਆਉਂਦਿਆ ਫੱਗਣ ਦਾ ਮਹੀਨਾ ਆਉਂਦਿਆ ਆਉਂਦਿਆ ਆਪਣੇ ਅੰਦਰ ਝਾਤ ਮਾਰ ਕੇ ਦੇਖੀ ਤੇਰੇ ਜੀਵਨ ਦੇ ਵਿੱਚ ਆਨੰਦ ਆ ਜਾਏਗਾ ਫਲਗੁਣ ਆਨੰਦ ਉਪਾਰ ਜਾਣਾ ਮੈਂ ਗੁਰਬਾਣੀ ਦੇ ਵਿੱਚੋਂ ਬੇਨਤੀ ਕਰ ਰਿਹਾ ਫਲਗੁਣ ਆਨੰਦ ਉਪਾਰ ਜਾਣਾ ਹਰ ਸੱਜਣ ਪ੍ਰਗਟੇ ਆਏ ਇਥੋਂ ਚਿੱਕਰਤੇ ਰਹੀ ਪਹਿਲੀ ਪੰਕਤੀ ਦੀ ਵਿਚਾਰ ਜਿਹੜੀ ਸਤਿਗੁਰੂ ਜੀ ਨੇ ਕਹੀ ਸੀ ਵੀ ਚੇਤ ਗੋਬਿੰਦ ਅਰਾਧਿਆ ਹੋਵੇ ਆਨੰਦ ਖਣਾ ਦੂਜੀ ਪੰਕਤੀ ਦੇ ਵਿੱਚ ਇੱਕ ਹੋਰ ਵਾਧਾ ਕੀਤਾ ਸਿੱਖ ਨੇ ਪੁੱਛਿਆ ਜਗਿਆਸੂ ਨੇ ਪੁੱਛਿਆ ਸਤਿਗੁਰੂ ਜੀ ਜਿਹੜਾ ਪਰਮਾਤਮਾ ਦਾ ਨਾਮ ਹੈ ਇਹਨੂੰ ਕਿਵੇਂ ਜਪਿਆ ਜਾਏ ਕਿਸ ਤਰੀਕੇ ਦੇ ਨਾਲ ਜਪੀਏ ਪਰਮਾਤਮਾ ਅਕਾਲ ਪੁਰਖ ਦੀ ਪ੍ਰਾਪਤੀ ਕਿਵੇਂ ਹੋਏਗੀ ਜੀਵਨ ਦੇ ਵਿੱਚ ਸੁੱਖ ਕਿਵੇਂ ਆਏਗਾ ਆਨੰਦ ਕਿਵੇਂ ਆਏਗਾ ਸਤਿਗੁਰੂ ਜੀ ਨੇ ਕਿਹਾ ਮਾਲਕ ਜੀ ਕਹਿਣ ਲੱਗੇ ਸੰਤ ਜਨਾ ਬਿਲ ਪਾਈਐ ਰੱਬ ਦੇ ਧਿਆਰਿਆਂ ਕੋਲ ਨਾਮ ਜਪਣ ਵਾਲੀਆਂ ਰੂਹਾਂ ਦੇ ਕੋਲ ਜਦੋਂ ਜਾ ਕੇ ਬੈਠੇਗਾ ਨਾ ਤੇ ਨਾਮ ਜਪਣ ਵਾਲੀਆਂ ਰੂਹਾਂ ਦੇ ਕੋਲ ਜਾ ਕੇ ਬਹਿ ਕੇ ਕਰਨਾ ਕੀ ਹੈ ਰਸਨਾ ਨਾਮ ਪਣਾ ਇਹ ਦੂਜੀ ਪੰਕਤੀ ਜਿਹੜੀ ਇਸ ਚੇਤਰ ਦੇ ਇਸ ਸ਼ਬਦ ਦੀ ਜਿਹੜੀ ਹੈ ਚੇਤਰ ਦੇ ਮਹੀਨੇ ਦੀ ਸੰਗਰਾਣ ਦੀ ਆਪਾਂ ਕਹ ਲਈਏ ਜਿਹੜੀ ਵਿਚਾਰ ਆਪਾਂ ਇਸ ਸ਼ਬਦ ਦੀ ਕਰ ਰਹੇ ਹਾਂ ਗੁਰੂ ਸਾਹਿਬ ਨੇ ਕਿਹਾ ਸੰਤ ਜਨਾ ਮਿਲ ਪਾਈਏ ਰੱਬ ਦੇ ਪਿਆਰਿਆਂ ਨੂੰ ਮਿਲ ਤੇ ਜਦੋਂ ਰੱਬ ਦੇ ਪਿਆਰਿਆਂ ਨੂੰ ਮਿਲੇਗਾ ਰਸਨਾ ਦੇ ਨਾਲ ਨਾਮ ਜਪੇਗਾ ਸਤਗੁਰੂ ਜੀ ਕਹਿਣ ਲੱਗੇ ਜੀਵਨ ਦੇ ਵਿੱਚ ਆਨੰਦ ਆਏਗਾ ਮੈਂ ਫਿਰ ਬੇਨਤੀ ਉੱਥੇ ਹੀ ਲੈ ਜਾਵਾਂ ਜਦੋਂ 12ਵੇਂ ਮਹੀਨੇ ਦੀ ਆਪਾਂ ਵਿਚਾਰ ਪੜਾਂਗੇ ਨਾ ਸਤਗੁਰੂ ਜੀ ਨੇ ਕਿਹਾ ਫਲਗੁਣ ਆਨੰਦ ਉਪਾਰਜਣਾ ਹਰ ਸੱਜਣ ਪ੍ਰਗਟਿ ਆਏ ਸਤਗੁਰੂ ਜੀ ਨੇ ਕਿਹਾ ਸੱਜਣ ਪ੍ਰਗਟ ਕਿਵੇਂ ਹੋਏ ਪਹਿਲੇ ਮਹੀਨੇ ਚ ਕਿਹਾ ਸੀ ਸੰਤ ਜਨਾ ਮਿਲ ਪਾਈਏ ਸਤਗੁਰੂ ਜੀ ਕਹਿੰਦੇ ਰੱਬ ਦੇ ਪਿਆਰਿਆਂ ਦੇ ਕੋਲ ਬੈਠ ਜਾ ਕੇ ਤੇ 12ਵੇਂ ਮਹੀਨੇ ਦੇ ਵਿੱਚ ਮਾਲਕ ਨੇ ਬਚਨ ਕਹੇ ਸੰਤ ਸਹਾਈ RAM ਕੇ ਇਹ ਬੜੀਆਂ ਦੁੰਗੀਆਂ ਵਿਚਾਰਾਂ ਸਮਝਣ ਵਾਲੀਆਂ ਮਾਲਕ ਜੀ ਕਹਿੰਦੇ ਸੰਤ ਸਹਾਈ RAM ਕੇ ਕਰ ਕਿਰਪਾ ਦਿਆ ਮਿਲਾਏ ਕਹਿਣ ਲੱਗੇ ਜੇ ਸਹਾਇਤਾ ਕਰਨ ਵਾਲੇ ਕੋਈ ਹੋਏ ਤੇ ਉਹ ਰੱਬ ਦੇ ਪਿਆਰੇ ਹੈ ਉਹ ਗੁਰਸਿੱਖ ਜਾਨਾ ਏਸੇ ਲਈ ਨਾ ਇਸ ਇਸ ਚੀਜ਼ ਨੂੰ ਸਾਨੂੰ ਕਿਸ ਵਿਚਾਰ ਨੂੰ ਸਮਝਣਾ ਬੜਾ ਜ਼ਰੂਰੀ ਹੈ ਸਤਗੁਰੂ ਜੀ ਨੇ ਬਚਨ ਕਹੇ ਮਾਲਕ ਜੀ ਕਹਿੰਦੇ ਜੇ ਜੀਵਨ ਦੇ ਵਿੱਚ ਆਨੰਦ ਚਾਹਣਾ ਹੈ ਜੀਵਨ ਦੇ ਵਿੱਚ ਸੁੱਖ ਚਾਹਣਾ ਤੇ ਸਤਿਗੁਰੂ ਜੀ ਕਹਿੰਦੇ ਪ੍ਰਮਾਤਮਾ ਦੀ ਅਰਾਧਨਾ ਸ਼ੁਰੂ ਕਰ ਦੇ। ਪ੍ਰਮਾਤਮਾ ਅਕਾਲ ਪੁਰਖ ਦਾ ਸਿਮਰਨ ਕਰਿਆ ਕਰ। ਰੱਬ ਦੇ ਸਿਮਰਨ ਦੇ ਵਿੱਚ ਸਤਿਗੁਰੂ ਜੀ ਕਹਿਣ ਲੱਗੇ ਨੇ ਸਦੀਵੀ ਆਨੰਦ ਹੈ। ਮੈਂ ਛੋਟੀ ਜਿਹੀ ਇੱਥੇ ਉਦਾਹਰਣ ਦਿਆਂਗਾ। ਸਤਿਗੁਰੂ ਗੁਰੂ ਅਮਰਦਾਸ ਜੀ ਦਾ ਜੀਵਨ ਤਕਰੀਬਨ ਤਕਰੀਬਨ ਜਿਹੜੇ-ਜਿਹੜੇ ਸਿੱਖ ਧਰਮ ਨੂੰ ਮੰਨਣ ਵਾਲੇ ਐ ਜਿਹੜੇ-ਜਿਹੜੇ ਸਿੱਖ ਇਤਿਹਾਸ ਨੂੰ ਪੜਦੇ ਐ ਗੁਰੂ ਸਾਹਿਬਾਨਾਂ ਦਾ ਇਤਿਹਾਸ ਸੁਣਦੇ ਐ ਉਹਨਾਂ ਨੂੰ ਇਹ ਸਾਰੇ ਦੀ ਸਾਰੀ ਘਟਨਾ ਦਾ ਪਤਾ ਕਿ ਸਤ ਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਜਦੋਂ ਗੁਰੂ ਨਹੀਂ ਸਨ ਬਣੇ ਮੈਂ ਸ਼ਬਦ ਵਰਤਾਂਗਾ ਬਾਬਾ ਅਮਰਦਾਸ ਜਦੋਂ ਗੁਰਤਾ ਗੱਦੀ ਤੇ ਅਜੇ ਜਿਹੜਾ ਉਹ ਬਰਾਜੇ ਨਹੀਂ ਜੀਵਨ ਕੀ ਹੈ ਬਾਬਾ ਅਮਰਦਾਸ ਜੀ ਤੀਰਥ ਯਾਤਰਾ ਕਰਦੇ ਐ ਤੀਰਥਾਂ ਤੇ ਜਾਂਦੇ ਐ ਆਪ ਵੀ ਜਾਂਦੇ ਐ ਤੇ ਨਾਲ ਆਪਣੇ ਸੰਗੀ ਸਾਥੀਆਂ ਨੂੰ ਵੀ ਲੈ ਕੇ ਜਾਂਦੇ। ਸੰਗ ਦੇ ਆਗੂ ਨੇ ਬਸਰਕੇ ਦੀ ਧਰਤੀ ਤੋਂ ਸੰਗ ਰਵਾਨਾ ਹੁੰਦਾ ਹੈ ਤੇ ਵੱਖ-ਵੱਖ ਤੀਰਥਾਂ ਤੇ ਜਾ ਕੇ ਇਸ਼ਨਾਨ ਕਰਦੇ ਆ ਗੰਗਾ ਤੇ ਇਸ਼ਨਾਨ ਕਰਦੇ ਆ ਹੁਣ ਇਹ ਨਹੀਂ ਵੀ ਕੱਲਾ ਗੰਗਾ ਤੇ ਇਸ਼ਨਾਨ ਕਰਕੇ ਹੀ ਮੁੜਿਆਉਂਦੇ ਆ ਆਪਾਂ ਇਤਿਹਾਸ ਪੜਾਂਗੇ ਤੇ ਬਾਬਾ ਅਮਰਦਾਸ ਜੀ ਗੰਗਾ ਤੇ ਇਸ਼ਨਾਨ ਕਰਨ ਵਾਸਤੇ ਜਾਂਦੇ ਆ ਤੀਰਥਾਂ ਤੇ ਜਾਂਦੇ ਆ ਤੇ ਉੱਥੇ ਜਾ ਕੇ ਬਹੁਤ ਸਾਰਾ ਪੁੰਨ ਤੇ ਦਾਨ ਧਾਰਮਿਕ ਕਰਮ ਹੋਰ ਵੀ ਕਰਦੇ ਆ ਬਾਬਾ ਅਮਰਦਾਸ ਜੀ ਜਦੋਂ ਗੁਰੂ ਨਹੀਂ ਬਣੇ ਹੁਣ ਉਹ ਇਤਿਹਾਸਿਕ ਘਟਨਾ ਬੜੀ ਪਿਆਰੀ ਹੈ ਵੀ ਜਦੋਂ ਵਾਪਸ ਆ ਰਹੇ ਸਨ ਜਾਂ ਉੱਥੇ ਗੰਗਾ ਦੇ ਵਿੱਚ ਇਸ਼ਨਾਨ ਕਰਨ ਗਏ ਸਨ ਤੀਰਥ ਤੇ ਉੱਥੇ ਇੱਕ ਸਾਧੂ ਦੇ ਨਾਲ ਮਿਲਾਪ ਹੋਇਆ ਉਹਨੂੰ ਸਾਧੂ ਜਿਹੜਾ ਹੈ ਉਹ ਬੜਾ ਪਿਆਰਾ ਹੈ ਇਸੇ ਤਰ੍ਹਾਂ ਗੱਲਾਂ ਬਾਤਾਂ ਹੋਈਆਂ ਮਿੱਤਰਤਾ ਹੀ ਬਣ ਗਈ ਤੇ ਉਹ ਜਿਹੜਾ ਸਾਧੂ ਸੀ ਕਹਿੰਦੇ ਵੀ ਬਸਰਕੇ ਦੀ ਧਰਤੀ ਤੇ ਬਾਬਾ ਅਮਰਦਾਸ ਜੀ ਦੇ ਨਾਲ ਹੀ ਆ ਗਿਆ ਹੁਣ ਜਦੋਂ ਬਾਸਰਕੇ ਦੀ ਧਰਤੀ ਤੇ ਨਾਲ ਆਇਆ ਬਾਬਾ ਅਮਰਦਾਸ ਜੀ ਨੇ ਆਪਣੇ ਘਰ ਬੜੇ ਪ੍ਰੇਮ ਦੇ ਨਾਲ ਬਿਠਾਇਆ ਤੇ ਪ੍ਰੇਮ ਦੇ ਨਾਲ ਬਿਠਾ ਕੇ ਕਹਿੰਦੇ ਜੀ ਤੁਸੀਂ ਬੈਠੋ ਤੇ ਮੈਂ ਤੁਹਾਨੂੰ ਜਲ ਸਿਖਾਉਣਾ ਸਬਾਬਕ ਦੀ ਗੱਲ ਹੈ ਉਹ ਸਾਧੂ ਬੈਠਾ ਬਾਬਾ ਅਮਰਦਾਸ ਜੀ ਨੇ ਜਦੋਂ ਪਾਣੀ ਨੇ ਆਂਦਾ ਤੇ ਸਾਧੂ ਮਨ ਦੇ ਵਿੱਚ ਵਿਚਾਰਦਾ ਹੈ ਵੀ ਏਸ ਪੁਰਖ ਦੀਆਂ ਗੱਲਾਂ ਬੜੀਆਂ ਸੁਣੀਆਂ ਵਿਚਾਰਾਂ ਮੈਂ ਕੀਤੀਆਂ ਕਿਉਂਕਿ ਪਹਿਲਾਂ ਮਿਲ ਚੁੱਕਿਆ ਕਹਿੰਦਾ ਵੀ ਇਹਦੀਆਂ ਵਿਚਾਰਾਂ ਬੜੀਆਂ ਸੁਣੀਆਂ ਐ ਇਹਦੀਆਂ ਗੱਲਾਂ ਬੜੀਆਂ ਸੁਣੀਆਂ ਐ ਕਿਉਂ ਨਾ ਮੈਂ ਇਹਨੂੰ ਪੁੱਛਾਂ ਵੀ ਇੰਨੀ ਸਿੱਖਿਆ ਇੰਨੀਆਂ ਸੁਣੀਆਂ ਗੱਲਾਂ ਕਿਉਂਕਿ ਸਾਨੂੰ ਇਹ ਪਤਾ ਹੋਣਾ ਚਾਹੀਦਾ ਵੀ ਬਾਬਾ ਅਮਰਦਾਸ ਜੀ ਸ਼ੁਰੂ ਤੋਂ ਧਾਰਮਿਕ ਖਿਆਲਾਂ ਵਾਲੇ ਨੇ ਉਹਨਾਂ ਦਾ ਖਿਆਲ ਇਸ ਪਾਸੇ ਜ਼ਿਆਦਾ ਸ਼ੁਰੂ ਤੋਂ ਹੀ ਹੁਣ ਧਾਰਮਿਕ ਖਿਆਲ ਨੇ ਗੱਲਾਂ ਬਾਤਾਂ ਬੜੀਆਂ ਵਧੀਆ ਸਨ ਬਹੁਤ ਵਧੀਆ ਹੋਇਆ ਉਹ ਸਾਧੂ ਸੋਚਦਾ ਹੈ ਵੀ ਮੈਂ ਬਾਸਰਕੇ ਦੀ ਧਰਤੀ ਤੇ ਆਇਆ ਤੇ ਕਿਉਂ ਨਾ ਜੇ ਐਡੇ ਸੋਹਣੇ ਚੰਗੇ ਇਨਸਾਨ ਦੇ ਨਾਲ ਮੇਰੀ ਗੱਲ ਹੋਈ ਹੈ ਜਿਹਦੀਆਂ ਵਿਚਾਰਾਂ ਬੜੀਆਂ ਸੁਣੀਆਂ ਹੈ ਜਿਹਦੀਆਂ ਗੱਲਾਂ ਬੜੀਆਂ ਸੁਣੀਆਂ ਹੈ ਹੋ ਸਕਦਾ ਹੈ ਵੀ ਇਹਦਾ ਗੁਰੂ ਵੀ ਇੱਥੇ ਨੇੜੇ ਜਿਹੜੀ ਹੋਵੇਗਾ ਵੀ ਮੈਂ ਉਹਨੂੰ ਵੀ ਮਿਲ ਕੇ ਚੱਲ ਜਾਵਾਂ ਕਿਉਂ ਨਾ ਉਹਦੇ ਵੀ ਦਰਸ਼ਨ ਹੋ ਜਾਣਾ ਜਿਹਦੇ ਕੋਲੋਂ ਇੰਨੀਆਂ ਸੁਣੀਆਂ ਵਿਚਾਰਾਂ ਇਹਨੇ ਗੱਲਾਂ ਬਾਤਾਂ ਸੁਖੀਆਂ ਹੈ ਬਾਬਾ ਅਮਰਦਾਸ ਜੀ ਪਾਣੀ ਦਾ ਗਲਾਸ ਲੈ ਕੇ ਆਏ ਤੇ ਜਦੋਂ ਪਾਣੀ ਦਾ ਗਲਾਸ ਲੈ ਕੇ ਆਏ ਨਾ ਤੇ ਪਾਣੀ ਜਾਂ ਗਲਾਸ ਕਹਿ ਲੋ ਛੰਨਾ ਕਹਿ ਲੋ ਉਸ ਸਮੇਂ ਜੋ ਵੀ ਭਾਂਡਾ ਸੀ ਉਹ ਕਟੋਰਾ ਜਦੋਂ ਫੜਾਇਆ ਨਾ ਤੇ ਕਟੋਰਾ ਤੇ ਉਸ ਸਾਧੂ ਨੇ ਕੱਢ ਲਿਆ ਤੇ ਕਟੋਰਾ ਫੜ ਕੇ ਬਾਬਾ ਅਮਰਦਾਸ ਜੀ ਨੂੰ ਪੁੱਛਦੇ ਆ ਵੀ ਬਾਬਾ ਜੀ ਐਨੀਆਂ ਸੋਹਣੀਆਂ ਵਿਚਾਰਾਂ ਐਨੀਆਂ ਸੋਹਣੀਆਂ ਗੱਲਾਂ ਐ ਤੁਹਾਡੀਆਂ ਤੁਸੀਂ ਮੈਨੂੰ ਇਹ ਗੱਲ ਦੱਸ ਸਕਦੇ ਹੋ ਵੀ ਐਨੀਆਂ ਸੁਹਣੀਆਂ ਗੱਲਾਂ ਐਨੀਆਂ ਸੁਹਣੀਆਂ ਵਿਚਾਰਾਂ ਤੁਸੀਂ ਕਿਸ ਗੁਰੂ ਦੇ ਕੋਲੋਂ ਸਿੱਖੀਆਂ ਜਾਂ ਕਿਸ ਗੁਰੂ ਦੇ ਤੁਸੀਂ ਸਿੱਖ ਜੇ ਤੇ ਇਸ ਕੇਸ ਗੁਰੂ ਦੇ ਤੁਸੀਂ ਚੇਲੇ ਜੇ ਇੰਨੀ ਸੋਹਣੀ ਵਿਚਾਰ ਕਰਨੀ ਜਾਈ ਇੰਨੀਆਂ ਸੋਹਣੀਆਂ ਗੱਲਾਂ ਕਿਤੋਂ ਸਿੱਖੀਆਂ ਹੁਣ ਜਦੋਂ ਉਸ ਸਾਧੂ ਨੇ ਸਵਾਲ ਪੁੱਛਿਆ ਸਚਾਈ ਇਹ ਹੈ ਵੀ ਬਾਬਾ ਅਮਰਦਾਸ ਜੀ ਦੀਆਂ ਅੱਖਾਂ ਦੇ ਵਿੱਚ ਅਥਰੂ ਆ ਗਏ ਸਚਾਈ ਜੀਵਨ ਹੈ ਸਾਡਾ ਇਤਿਹਾਸ ਹੈ ਬਾਬਾ ਅਮਰਦਾਸ ਜੀ ਦੀਆਂ ਅੱਖਾਂ ਦੇ ਵਿੱਚ ਅਥਰੂ ਆਏ ਤੇ ਅੱਖਾਂ ਭਰ ਕੇ ਬਾਬਾ ਅਮਰਦਾਸ ਜੀ ਕਹਿਣ ਲੱਗੇ ਵੀ ਸਾਧੂ ਜੀ ਮਹਾਤਮਾ ਜੀ ਅਜੇ ਤੱਕ ਤੇ ਗੁਰੂ ਦੀ ਭਾਲ ਜਿਹੜੀ ਹੈ ਨਾ ਉਹ ਜਾਰੀ ਹੈ ਅਜੇ ਗੁਰੂ ਗੁਰੂ ਮਿਲਿਆ ਨਹੀਂ ਪੂਰਾ ਗੁਰੂ ਅਜੇ ਮਿਲਿਆ ਨਹੀਂ ਸਾਡਾ ਸਿੱਖ ਇਤਿਹਾਸ ਕਹਿੰਦਾ ਹੈ ਵੀ ਉਸ ਸਾਧੂ ਨੇ ਜਿਸ ਵੇਲੇ ਅਜੇ ਜਲ ਛਕਿਆ ਨਹੀਂ ਕਟੋਰਾ ਹੱਥ ਦੇ ਵਿੱਚ ਸੀ ਉਹ ਕਟੋਰਾ ਥੱਲੇ ਰੱਖਿਆ ਤੇ ਆਪਣੇ ਭਾਸ਼ਾ ਦੇ ਵਿੱਚ ਬੋਲਦਾ ਵੀ ਮੇਰਾ ਜਿਹੜਾ ਉਹ ਸਾਰੇ ਦਾ ਸਾਰਾ ਜਨਮ ਪ੍ਰਸ਼ਟ ਹੋ ਗਿਆ ਕੀਤੀ ਹੋਈ ਤਪੱਸਿਆ ਮੇਰੀ ਨੇਪਲ ਚਲੀ ਗਈ ਸਾਰੇ ਦਾ ਸਾਰਾ ਮੇਰਾ ਜਿਹੜਾ ਆ ਉਹ ਬਰਬਾਦੀ ਹੋ ਗਈ ਕਿਉਂਕਿ ਮੈਂ ਇੱਕ ਨਿਗਰੇ ਦਾ ਸਾਧ ਕਰ ਬੈਠਾ ਬਾਬਾ ਅਮਰਦਾਸ ਜੀ ਨੇ ਬਤੇਰਾ ਕਿਆ ਵੀ ਸਾਧੂ ਜੀ ਤੁਹਾਡੇ ਨਾਲ ਮੈਂ ਗੰਗਾ ਤੇ ਇਸ਼ਨਾਨ ਕਰਕੇ ਆਇਆ ਮਹਾਤਮਾ ਜੀ ਤੁਹਾਡੇ ਤੁਹਾਡੇ ਨਾਲ ਮੈਂ ਉੱਥੇ ਦਾਨ ਤੇ ਪੰਪਨ ਕਰਦਾ ਰਿਹਾ ਤੁਹਾਡੇ ਤੁਹਾਨੂੰ ਪਤਾ ਹੈ ਮੈਂ ਆ ਕੱਪੜੇ ਧੋ ਕੇ ਪਾਏ ਨੇ ਸਭ ਕੁਝ ਕੀਤਾ ਉਹ ਸਾਧੂ ਕਹਿੰਦਾ ਹੈ ਕੋਈ ਗੁਰੂ ਵਾਲੇ ਨਹੀਂ ਬਣੇ ਜੋ ਕੁਝ ਮਰਜ਼ੀ ਕੀਤਾ ਜਿੰਨਾ ਚਿਰ ਗੁਰੂ ਵਾਲੇ ਨਹੀਂ ਬਣਦੇ ਆ ਸਾਰੇ ਦਾ ਸਾਰਾ ਕੀਤਾ ਹੋਇਆ ਬੇਅਰਥ ਹੈ ਗੁਰਮਤਿ ਹੋਈ ਤੇ ਇਸ ਇਸ ਗੱਲ ਨੂੰ ਮੰਨਦੀ ਹੈ ਨਾ ਤਰੀਏ ਗੁਰ ਵਿਚਾਰ